ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਾਮਦਾਸ ਜੀ ਮਹਾਰਾਜ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ ਰਾਗ ਸੂਹੀ ਦੇ ਵਿੱਚ 6ਵੇਂ ਕਰ ਵਿੱਚ ਗਾਉਣ ਦਾ ਹੁਕਮ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ ਪਰਮਾਤਮਾ ਇੱਕ ਹੈ ਸਾਰੇ ਹਿਰਦਿਆਂ ਦਾ ਪ੍ਰਕਾਸ਼ਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਗੁਰਬਾਣੀ ਦਾ ਫਰਮਾਨ ਹੈ ਕਿ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਕਿ ਪ੍ਰਮਾਤਮਾ ਜੇ ਕਿਤੇ ਧਿਆਨੀਆਂ ਨੂੰ ਮਿਲਦਾ ਹੁੰਦਾ ਜੇ ਧਿਆਨ ਲਾਉਂਦੇ ਹਨ ਫਿਰ ਉਹਨਾਂ ਨੂੰ ਮਿਲ ਜਾਣਾ ਸੀਗਾ ਜੇ ਗਿਆਨੀਆਂ ਨੂੰ ਮਿਲਣਾ ਹੁੰਦਾ ਜਿਨ੍ਹਾਂ ਨੇ ਬਹੁਤ ਸਾਰੀ ਨੌਲਜ ਇਕੱਠੀ ਹੁੰਦੀ ਹੈ ਨਾ ਪ੍ਰਮਾਤਮਾ ਉਹਨਾਂ ਨੂੰ ਮਿਲ ਜਾਣਾ ਸੀਗਾ ਇਸ਼ਨਾਨੀ ਨੇ ਜਿਹੜੇ ਜਾਣਦੇ ਨੇ ਤੀਰਥਾਂ ਦੇ ਉੱਤੇ ਨਾ ਉਹ ਕਹਿੰਦੇ ਨੇ ਵੀ ਅਸੀਂ ਤੇ ਬਹੁਤ ਹੀ ਥਾਂ ਤੇ ਜਾਣੇ ਆ ਫਿਰ ਉਹਨਾਂ ਨੂੰ ਮਿਲ ਜਾਣਾ ਸੀਗਾ ਜਿਹੜੇ ਦਾਨ ਕਰਦੇ ਨੇ ਦਾਨੀਆਂ ਨੂੰ ਮਿਲ ਜਾਣਾ ਸੀਗਾ ਪਰ ਮਹਾਰਾਜ ਕਹਿੰਦੇ ਉਹ ਨਾ ਤਾਂ ਦਾਨੀਆਂ ਨੂੰ ਮਿਲਦਾ ਨਾ ਧਿਆਨੀਆਂ ਨੂੰ ਮਿਲਦਾ ਨਾ ਗਿਆਨੀਆਂ ਨੂੰ ਨਾ ਇਸ਼ਨਾਨੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਕਹਿਣਾ ਪਿਆ ਕਿ ਮੇਰੀ ਗੱਲ ਨਾ ਸੱਚ ਮੰਨ ਲਿਓ ਹੁਣ ਆਪਾਂ ਸੋਚ ਕੇ ਦੇਖੀਏ ਵੀ ਗੁਰੂ ਗੋਬਿੰਦ ਸਿੰਘ ਜੀ ਕਦੇ ਝੂਠ ਬੋਲਣਗੇ ਹਨਾ ਉਹਨਾਂ ਨੇ ਨਾਲ ਸ਼ਬਦ ਲਿਖਿਆ ਕਿ ਸਾਚ ਕਹੂੰ ਆਪਾਂ ਕਿਸੇ ਨੂੰ ਉਦੋਂ ਕਹਨੇ ਆ ਸੱਚ ਕਹਿਣਾ ਯਾਰ ਮੈਂ ਸੁਣ ਲੈ ਮੇਰੀ ਗੱਲ ਸਾਚ ਕਹੂੰ ਸੁਣ ਲਿਹੋ ਸਭਹਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਪ੍ਰੇਮ ਕਰਨ ਵਾਲਿਆਂ ਨੂੰ ਕਿਵੇਂ ਮਿਲ ਜਾਂਦਾ ਫਿਰ ਕੀ ਨਿਸ਼ਾਨੀਆਂ ਪ੍ਰੇਮ ਕਰਨ ਵਾਲਿਆਂ ਦੀ ਹੈ ਨਾ ਕਿਉਂਕਿ ਪ੍ਰੇਮ ਦੇ ਵਿੱਚ ਦੂਜਾ ਭਾਵ ਨਹੀਂ ਰਹਿੰਦਾ ਪ੍ਰੇਮ ਦੇ ਵਿੱਚ ਦੋ ਤੋਂ ਇੱਕ ਹੋ ਜਾਂਦਾ ਇਨਸਾਨ ਮੈਂ ਤੋਂ ਪਰੇ ਹੋ ਜਾਣ ਦੇ ਨਾਮ ਨੂੰ ਪ੍ਰੇਮ ਕਹਿੰਦੇ ਨੇ ਪ੍ਰੇਮ ਦੇ ਵਿੱਚ ਇੱਕ ਦੀ ਹੀ ਗੱਲ ਰਹਿੰਦੀ ਆ ਪ੍ਰੇਮ ਦੇ ਵਿੱਚ ਦ્વੈਤ ਨਹੀਂ ਰਹਿੰਦਾ ਇਸ ਕਰਕੇ ਜੋ ਅੱਜ ਹੁਕਮਨਾਮਾ ਸਾਹਿਬ ਹੈ ਓਹੋ ਭਗਵਾਨ ਕ੍ਰਿਸ਼ਨ ਜੀ ਤੇ ਬਿਦਰ ਦੇ ਉੱਪਰ ਹੈ ਗੁਰਦੇਵ ਕਹਿੰਦੇ ਨੇ ਕਿ ਨੀਚ ਜਾਤ ਹਰ ਜਪਦੇ ਆ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸਤੇ ਕਿਸ਼ਨ ਉੱਤਰਿਆ ਜਿਸ ਘਰ ਜਾਏ ਕਿਸ਼ਨ ਜੀ ਕੀ ਦੇ ਕਰਨਗੇ ਹੰਕਾਰੀ ਸੀਗਾ ਦਰਯੋਦਨ ਤੇ ਭਗਵਾਨ ਨੂੰ ਦੇਖ ਕੇ ਤਵੇਲੇ ਦੇ ਵਿੱਚ ਖੜਾ ਘੋੜਿਆਂ ਨੂੰ ਦੇਖੀ ਗਿਆ ਤੇ ਹੰਕਾਰੀ ਬੰਦੇ ਦੀ ਇਹ ਨਿਸ਼ਾਨੀ ਹੁੰਦੀ ਆ ਉਹੋ ਕਿਸੇ ਨੂੰ ਵੱੱਦਦਾ ਨਹੀਂ ਗੁਰਦੇਵ ਕਹਿੰਦੇ ਨੇ ਕਿਸੇ ਨਾ ਬਦੇ ਆਪ ਹੰਕਾਰੇ ਕੋਈ ਬੰਦਾ ਕਿੰਨਾ ਹੀ ਗੁਣ ਲਈ ਬੈਠਾ ਹੋਵੇ ਪਰਿਵਾਰ ਦੇ ਵਿੱਚ ਉਹਦੀ ਕਦਰ ਵੀ ਨਹੀਂ ਹੁੰਦੀ ਇਹ ਵੀ ਗੱਲ ਹੈਗੀ ਆ ਪਰ ਤਨਸੀ ਉਹ ਵਿਦਰ ਜੀਨੇ ਭਗਵਾਨ ਦੀ ਕਦਰ ਕੀਤੀ ਪਹਿਚਾਣ ਕੀਤੀ ਕਹਿੰਦੇ ਹਨ ਸਭ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਦੀ ਪਹਿਚਾਣ ਜਿਸ ਨੇ ਕੀਤੀ ਉਹ ਕ੍ਰਿਸ਼ਨਾ ਸੀ ਜਿਹੜੀ ਬਾਅਦ ਵਿੱਚ ਦ੍ਰੋਪਤੀ ਬਣੀ ਤੇ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਵਿੱਚ ਇਹਦੀ ਬਹੁਤ ਵੱਡੀ ਕਹਾਣੀ ਲਿਖੀ ਹੋਈ ਆ ਕਿ ਰਾਜਨ ਕੌਣ ਤੁਮਾਰਾ ਆਵੇ ਤੇਰੇ ਕੌਣ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਰਹਾਓ ਹਸਤੀ ਦੇਖ ਪਰਮ ਤੇ ਭੂਲਾ ਓ ਕਮਲਿਆ ਤੂੰ ਤੇ ਹਾਥੀਆਂ ਨੂੰ ਦੇਖ ਕੇ ਘੋੜਿਆਂ ਨੂੰ ਦੇਖ ਕੇ ਨਾ ਆਪਣੀ ਈਗੋ ਨੂੰ ਦੇਖ ਕੇ ਤੂੰ ਹੰਕਾਰ ਚ ਭੁੱਲ ਗਿਆ ਸ਼੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਦ ਕਿਆ ਬਾਤ ਕਿਆ ਬਾਤ ਤੁਮਰੋ ਦੂਧ ਬਿਦਰ ਕੋ ਪਾਨੋ ਅਮਰਤ ਕਰਮ ਹੈ ਮਾਨਿਆ ਪ੍ਰੇਮ ਦੀ ਸ਼ਕਤੀ ਆ ਪ੍ਰੇਮ ਕੀ ਹੁੰਦਾ ਉਹ ਜਲ ਕਿੱਦਾਂ ਦਾ ਸੀ ਜਿਹਦੇ ਵਿੱਚ ਪ੍ਰਭੂ ਨੇ ਆਪਣੀ ਦ੍ਰਿਸ਼ਟੀ ਪਾਈ ਤੇ ਅਮਰਤ ਕਰਕੇ ਛਕਿਆ ਤੇ ਗੁਰਦੇਵ ਕਹਿੰਦੇ ਨੇ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅਮਰਤ ਕਰਮ ਹੈ ਮਾਨਿਆ ਖੀਰ ਸਮਾਨ ਸਾਗ ਮਹਿ ਪਾਇਆ ਉਹ ਕਮਲਿਆ ਉਹਦਾ ਉਹਦਾ ਜਿਹੜਾ ਸਾਗ ਤੀ ਨਾ ਅਲੂਣਾ ਸਾਗ ਉਹ ਮੇਰੇ ਲਈ ਖੀਰ ਸੀ ਦੁੱਧ ਸੀ ਮਿਠਾਸ ਭਰਿਆ ਅਮਰਤ ਰਤਨ ਸੀ ਉਹ ਗੁਨ ਗਾਵਤ ਰੈਨ ਬਹਾਨੀ ਸਾਰੀ ਰਾਤ ਸਾਡੀ ਭਜਨ ਦੇ ਵਿੱਚ ਲੰਗੀ ਸਾਰੀ ਰਾਤ ਸਾਡੀ ਪ੍ਰਭੂ ਦੇ ਉਪਕਾਰਾਂ ਨੂੰ ਗਾਉਂਦੇ ਲੰਗੀ ਸਾਰੀ ਰਾਤ ਸਾਡੀ ਪ੍ਰਭੂ ਦੀ ਵਿਚਾਰ ਚਰਚਾ ਕਰਦੇ ਲੰਗੀ ਕਬੀਰ ਕੋਠਾ ਕਰ ਆਨੰਦ ਬਿਨੋਦੀ ਜਾਤਨਾ ਕਾਹੂ ਕੀ ਮਾਨੀ ਭਗਵਾਨ ਕ੍ਰਿਸ਼ਨ ਜੀ ਨੂੰ ਆਪਾਂ ਸਾਰੇ ਨਤਮਸਤਕ ਹੋਈਏ ਇਸ ਗੱਲ ਤੋਂ ਕਿ ਪਹਿਲੀ ਵਾਰੀ ਉਹਨਾਂ ਨੇ ਜਾਤ ਪਾਤ ਦਾ ਜਿਹੜਾ ਸੀਗਾ ਬੰਦਨ ਕੱਟਣ ਦੀ ਕੋਸ਼ਿਸ਼ ਕੀਤੀ ਤੇ ਬੰਦਰ ਕੱਟਣ ਦੀ ਕੋਸ਼ਿਸ਼ ਸ਼੍ਰੀ ਰਾਮ ਜੀ ਨੇ ਵੀ ਕੀਤੀ ਪਰ ਇਹ ਵੱਖਰੀ ਗੱਲ ਆ ਕਿ ਉਹ ਵਿਧੀ ਹੋਰ ਸੀਗੀ ਪਰ ਬੰਦਨ ਕੱਟਣ ਦੀ ਕੋਸ਼ਿਸ਼ ਸ਼੍ਰੀ ਰਾਮ ਜੀ ਨੇ ਵੀ ਕੀਤੀ ਸ਼ਬਰੀ ਦੇ ਬੇਰ ਝੂਠੇ ਬੇਰ ਖਾ ਕੇ ਇਹ ਬੜਾ ਖੂਬਸੂਰਤ ਜਿੱਦਾਂ ਮਹਾਰਾਜ ਨੇ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਕਿ ਪ੍ਰੇਮ ਕੀ ਹੁੰਦਾ ਗੋਬਿੰਦ ਪਾਉ ਭਗਤ ਦਾ ਭੁੱਖਾ ਜਿਹੜਾ ਗੋਬਿੰਦ ਆ ਨਾ ਭਗਵਾਨ ਆ ਉਹ ਪਾਉ ਭਗਤ ਦਾ ਭੁੱਖਾ ਰਾਜਨ ਕੌਣ ਤੁਹਾਰੇ ਆਵੇ ਸਾਰੀ ਦਰਯੋਦਨ ਗੁੱਸੇ ਆਇਆ ਹੰਕਾਰ ਚ ਆਇਆ ਹਨਾ ਕਿ ਆਇਆ ਸੁਣਿਆ ਬਿਦਰਦੇ ਬੋਲਾ ਦਰਯੋਦਨ ਹੋਈ ਕਿ ਰੁੱਖਾ ਰੁੱਖਾ ਹੋ ਕੇ ਬੋਲਿਆ ਕਹਿੰਦਾ ਘਰ ਆ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ ਕਿਹੜੀ ਸੁੱਖ ਵਾਲੀ ਚੀਜ਼ ਉੱਥੇ ਮਿਲੀ ਤੈਨੂੰ ਦੱਸ ਮੈਨੂੰ ਸਾਡੇ ਘਰ ਵਿੱਚ ਕਿਸ ਚੀਜ਼ ਦੀ ਘਾਟ ਸੀ ਭੀਖਮ ਦੋਣਾ ਕਰਨ ਤਜ ਤੁਸੀਂ ਭੀਖਮ ਜੀ ਛੱਡੇ ਦਰੋਣਾਚਰ ਜ ਛੱਡੇ ਕਰਨ ਛੱਡਿਆ ਤਜ ਤਜ ਬਨੇ ਛੱਡੇ ਸਭਾ ਸ਼ਿੰਗਾਰ ਵੱਡੇ ਮਨੋਖਾ ਇਹ ਸਾਡੇ ਤਾਜ ਦੇ ਸ਼ਿੰਗਾਰ ਨੇ ਤੁਸੀਂ ਇਹਨਾਂ ਨੂੰ ਛੱਡ ਕੇ ਉਸ ਗੋਲੇ ਦੇ ਘਰੇ ਜਾ ਕੇ ਰਾਤ ਬਤਾਈ ਹੈ ਨਾ ਝੂੰਗੀ ਜਾਏ ਬਲਾਈਓਨ ਹੈ ਨਾ ਸਬਨਾ ਦੇ ਜੀ ਅੰਦਰ ਤੁਖਾ ਤੂੰ ਸਾਰੀ ਰਾਤ ਸਾਡੇ ਦਿਲ ਤੜਫਾਈ ਸਾਡੇ ਹਿਰਦਿਆਂ ਚ ਤੜਫਦੇ ਤੜਫਦੇ ਰਹੇ ਕਿ ਤੁਸੀਂ ਜਾ ਕੇ ਝੁੱਗੀ ਦੇ ਵਿੱਚ ਬਹਿ ਗਏ ਸਾਰੀ ਰਾਤ ਝੁੱਗੀ ਦੇ ਵਿੱਚ ਕੱਟੀ ਇਹ ਕੋਈ ਰਾਜਿਆਂ ਵਾਲੀ ਗੱਲ ਨਹੀਂ ਹੈਗੀ ਸੀ ਇਹ ਕੋਈ ਚੰਗੀ ਗੱਲ ਨਹੀਂ ਤੁਸੀਂ ਕੀਤੀ ਹੁਣ ਨਾ ਇੱਕ ਬਿਊਟੀ ਦੀ ਗੱਲ ਜੋ ਭਗਵਾਨ ਕ੍ਰਿਸ਼ਨ ਜੀ ਨੇ ਕਰਕੇ ਦਿਖਾਈ ਸ਼ਾਇਦ ਸਾਡੀ ਜ਼ਿੰਦਗੀ ਵਿੱਚ ਵੀ ਆ ਜੇ ਕਿਸੇ ਤਪੇ ਹੋਏ ਨੂੰ ਠਾਰ ਦੇਣਾ ਇਹ ਕਿਸੇ ਤਪੇ ਹੋਏ ਹਿਰਦੇ ਨੂੰ ਸਮਾਇਲ ਦੇ ਨਾਲ ਠੰਡਾ ਕਰ ਦੇਣਾ ਭਗਵਾਨ ਕਹਿੰਦੇ ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨ ਮੁੱਖਾ ਕਦੇ ਵੀ ਸੱਚ ਦੀ ਗੱਲ ਕਹਿਣੀ ਹੋਵੇ ਨਾ ਮੂੰਹ ਤੇ ਕਹਿਣੀ ਚਾਹੀਦੀ ਆ ਸ਼ਾਂਤ ਤਰੀਕੇ ਨਾਲ ਕਹਿਣੀ ਚਾਹੀਦੀ ਆ ਤੇ ਹੱਸ ਕੇ ਕਹਿਣੀ ਚਾਹੀਦੀ ਆ ਜਿੰਨੀ ਤੁਹਾਡੇ ਅੰਦਰ ਕਾਮਨੈਸ ਹੋਏਗੀ ਜਿੰਨੀ ਤੁਹਾਡੇ ਅੰਦਰ ਸ਼ਾਂਤੀ ਹੋਏਗੀ ਓਨੀ ਤੁਸੀਂ ਵਧੀਆ ਤਰੀਕੇ ਨਾਲ ਗੱਲ ਕਹਿ ਸਕਦੇ ਹੋ ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸੰਮੁਖਾ ਕੇਅਰਫੁਲੀ ਸੁਣਨ ਤੋਂ ਮੇਰੀ ਗੱਲ ਨੂੰ ਧਿਆਨ ਨਾਲ ਸੁਣਨ ਤੋਂ ਮੇਰੀ ਗੱਲ ਨੂੰ ਕਿਉਂ ਨਹੀਂ ਮੈਂ ਤੇਰੇ ਆਇਆ ਹੈਗਾ ਤੇਰੇ ਭਾਉ ਨਾ ਦਿਸੇਈ ਮੈਨੂੰ ਤੇਰੇ ਅੰਦਰ ਭਾਅ ਨਹੀਂ ਦਿਸਿਆ ਮੈਨੂੰ ਤੇਰੇ ਅੰਦਰ ਪ੍ਰੇਮ ਨਹੀਂ ਦਿਸਿਆ ਮੈਂ ਤਾਂ ਨਹੀਂ ਤੇਰੇ ਆਇਆ ਤੇਰੇ ਭਾਉ ਨਾ ਦਿਸੇਈ ਮੇਰੇ ਨਹੀਂ ਆਪਦਾ ਦੁੱਖਾ ਇਹ ਪ੍ਰੋਬਲਮ ਤੇਰੀ ਸੀ ਤੇਰੇ ਅੰਦਰ ਡਿਵੋਸ਼ਨ ਨਹੀਂ ਸੀ ਤੇਰੇ ਅੰਦਰ ਪਿਆਰ ਨਹੀਂ ਸੀ ਤੇਰੇ ਅੰਦਰ ਪ੍ਰੇਮ ਨਹੀਂ ਸੀ ਹੈਗਾ ਮੈਨੂੰ ਐਂ ਦੱਸ ਮੈਂ ਤੇਰੇ ਕਿਵੇਂ ਆ ਜਾ ਕਹਿੰਦਾ ਭਾਉ ਜਵੇਹਾ ਬਿਦਰਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ ਮਿੱਥੋਂ ਉਹਦੇ ਹਿਰਦਾ ਭਰਿਆ ਪਿਆ ਸੀ ਪ੍ਰੇਮ ਦੇ ਨਾਲ ਉਹਦਾ ਹਿਰਦਾ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਰਿਆ ਪਿਆ ਸੀ ਕਿਉਂਕਿ ਗੋਬਿੰਦ ਪਾਉ ਭਗਤ ਦਾ ਭੁੱਖਾ ਪਰਮਾਤਮਾ ਨੂੰ ਕੀ ਚਾਹੀਦਾ ਪਾਉ ਭਗਤ ਦਾ ਭੁੱਖਾ ਪਰਮਾਤਮਾ ਕਿਸ ਚੀਜ਼ ਦਾ ਭੁੱਖਾ ਜੀ ਪਾਉ ਭਗਤ ਦਾ ਭੁੱਖਾ ਕੀ ਅਕਥ ਕਥਾ ਸੁਨੋ ਜਨ ਭਾਈ ਜਿਤ ਸਹਿਸਾ ਦੁਖ ਭੂਖ ਸਭ ਲੈ ਜਾਏ ਜਦੋਂ ਅਸੀਂ ਪ੍ਰਮਾਤਮਾ ਤੋਂ ਪ੍ਰੇਮ ਮੰਗਾਂਗੇ ਉਸ ਨੂੰ ਪੁੱਛਾਂਗੇ ਕਿ ਸਾਨੂੰ ਪ੍ਰੇਮ ਸਿਖਾਓ ਵਾਹਿਗੁਰੂ ਜੀ ਤੇ ਉਹ ਹਿਰਦੇ ਦੇ ਵਿੱਚ ਪ੍ਰੇਮ ਦੇਣਗੇ ਤਾਂ ਫਿਰ ਜਿਹੜੀ ਨੀਚ ਜਾਤ ਆ ਨੀਚ ਜਾਤ ਬਾਣੀ ਦੇ ਵਿੱਚ ਬੜਾ ਪਿਆਰਾ ਸ਼ਬਦ ਆਇਆ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਇੱਕ ਵਾਰੀ ਅਸੀਂ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੀਏ ਤੇ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ ਵਾਹਿਗੁਰੂ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰਦੇਵ ਨੇ ਸਾਨੂੰ ਬੜਾ ਪਿਆਰਾ ਹੁਕਮਨਾਮਾ ਸਾਹਿਬ ਦਿੱਤਾ ਬਿਆਨਤ ਭੋਲਾ ਚੱਕਾਂ ਦੀ ਸ਼ਮਾ ਵਾਹਿ ਗੁਰੂ ਜੀ ਕਾ ਖਾਲਸਾ